ਮੈਂ ਧਰਮਿੰਦਰ ਤੁਹਾਡਾ ਵੀਰ, ਤੁਹਾਡਾ ਦੋਸਤ, ਤੁਹਾਡਾ ਬੇਟਾ, ਤੁਹਾਡਾ ਭਰਾ ਬੋਲ ਰਿਹਾ ਹਾਂ। ਕੁਛ ਕਹਿਣ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰਾਂ ਨੂੰ ਰੱਜ ਕੇ ਕੁੱਟ ਕੇ ਜੱਫੀ ਪਾ ਕੇ ਪਿਆਰ ਦਿੰਦਾ, ਛੋਟੀਆਂ ਭੈਣਾਂ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੰਦਾ ਅਤੇ ਵੱਡੇ ਵੀਰਾਂ ਅਤੇ ਬਜ਼ੁਰਗਾਂ ਨੂੰ ਹੱਥ ਜੋੜ ਕੇ ਮੱਥਾ ਟੇਕਦਾ। ਅੱਜ ਮੈਂ ਕੁਝ ਸੁਰਜੀਤ ਬਿੰਦ ਰੱਖਿਆ ਦੇ ਬਾਰੇ ਕਹਿਣ ਲੱਗਿਆ। ਸੁਰਜੀਤ ਜਦੋਂ ਢੋਲ ਦੀ ਥਾਪ 'ਤੇ ਗਾਉਂਦਾ ਹੈ ਅਤੇ ਗੱਭਰੂ ਅਤੇ ਮੁਟਿਆਰਾਂ ਦਾ ਮੱਲੋ ਮੱਲੀ ਨੱਚਣ ਨੂੰ ਜੀ ਕਰ ਪੈਂਦਾ ਹੈ। ਬਿੰਦ ਰੱਖਿਆ ਜਦੋਂ ਦਿਲ ਤੋਂ ਛਾਤੀ ਦਾ ਪੂਰਾ ਜ਼ੋਰ ਲਾ ਕੇ ਲੰਬੀ ਹੇਕ ਕੱਢਦਾ ਤਾਂ ਨਸ਼ਾ ਹੀ ਆ ਜਾਂਦਾ ਹੈ। ਬਿੰਦ ਰੱਖਿਆ ਦੀ ਹੇਕ ਸਾਹਨੇਵਾਲ ਤੋਂ ਸੁਣਨੀ ਸ਼ੁਰੂ ਕਰੀਏ ਤਾਂ ਮੇਰਾ ਖਿਆਲ ਹੈ ਲੁਧਿਆਣੇ ਤੱਕ ਵੀ ਨਹੀਂ ਮੁੱਕੇਗੀ। ਇਸ ਲਈ ਆਪਣੇ ਇਸ ਛੋਟੇ ਵੀਰ 'ਤੇ ਜਿੰਨਾ ਮਾਣ ਕੀਤਾ ਜਾਏ ਉਨਾ ਘੱਟ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸ਼ਮਸ਼ੇਰ ਸੰਧੂ ਦੇ ਲਿਖੇ ਗੀਤ ਅਤੇ ਅਤੁਲ ਸ਼ਰਮਾ ਦੇ ਸੰਗੀਤ ਵਿੱਚ ਪਰੋਈ ਹੋਈ ਇਹ ਨਵੀਂ ਕੈਸੇਟ ਇੱਕ ਮੀਲ ਪੱਥਰ ਸਾਬਿਤ ਹੋਵੇ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਬਿੰਦ ਰੱਖੀਏ ਦੀ ਕੈਸੇਟ ਸੁਣਨ ਦੇ ਬਾਅਦ ਤੁਹਾਡੇ ਦਿਲੋਂ ਆਵਾਜ਼ ਨਿਕਲੇ ਤਾਂ ਬਿੰਦ ਰੱਖੀਏ ਨੂੰ, ਸ਼ਮਸ਼ੇਰ ਸੰਧੂ ਨੂੰ ਅਤੇ ਅਤੁਲ ਸ਼ਰਮਾ ਨੂੰ ਇੱਕ ਇੱਕ ਚਿੱਠੀ ਜ਼ਰੂਰ ਪਾ ਦਿਓ। ਜਿੰਦੇ ਰਹੋ, ਖੁਸ਼ ਰਹੋ।
ਯਾਰ ਦੁੱਧ